ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਆ ਸਕਦੇ ਨੇ ਸਕਸੈਸ ਰੇਟ ਬਹੁਤ ਹਾਈ ਹੈ ਅਸੀਂ ਵਰਕ ਪਰਮਿਟ ਤੇ ਵੀ ਆ ਸਕਦੇ ਹਾਂ ਕੈਨੇਡਾ ਦਾ ਟੂਰ ਚੱਲ ਰਿਹਾ ਹੈਗਾ ਲੋਕਾਂ ਦੀ ਕਾਲਸ ਆਉਂਦੀਆਂ ਨੇ ਮੈਸੇਜ ਆਉਂਦੇ ਨੇ ਪੁੱਛਦੇ ਨੇ ਕਿ ਅਸੀਂ ਵੀ ਕਿਹੜੇ ਤਰੀਕੇ ਨਾਲ ਕੈਨੇਡਾ ਆ ਸਕਦੇ ਹੈਗੇ ਹਾਂ ਦੋਸਤੋ ਕੈਨੇਡਾ ਆਉਣ ਦੇ ਕਈ ਰਸਤੇ ਨੇ ਜਿਵੇਂ ਦੀ ਤੁਹਾਡੀ ਐਲੀਜੀਬਿਲਟੀ ਹੈ ਜਿਵੇਂ ਤੁਹਾਡੀ ਪ੍ਰੋਫਾਈਲ ਹੈ ਤੁਸੀਂ ਉਸ ਤਰੀਕੇ ਨਾਲ ਕੈਨੇਡਾ ਆ ਸਕਦੇ ਹੈਗੇ ਹੋ ਕਈ ਵਾਰੀ ਇਹ ਵੀ ਹੁੰਦਾ ਕਿ ਐਲੀਜੀਬਿਲਟੀ ਆਪਣੀ ਕਿਸੇ ਪ੍ਰੋਫੈਸ਼ਨ 'ਚ ਬਣਦੀ ਹੁੰਦੀ ਹੈ ਜਾਂ ਕਿਸੇ ਹੋਰ ਲਾਈਨ ਦੀ ਬਣਦੀ ਹੁੰਦੀ ਹੈ ਅਤੇ ਅਸੀਂ ਵੀਜ਼ਾ ਕੋਈ ਹੋਰ ਅਪਲਾਈ ਕਰ ਲੈਂਦੇ ਹੈਗੇ ਉਸ 'ਚ ਵੀ ਦਿੱਕਤ ਆ ਜਾਂਦੀ ਹੈ ਕਈ ਵਾਰ ਦੇਖਣ 'ਚ ਆਉਂਦਾ ਕਿ ਬੰਦਾ ਗ੍ਰੈਜੂਏਟ ਹੁੰਦਾ ਉਹਦੇ ਕੋਲ ਐਕਸਪੀਰੀਅੰਸ ਵੀ ਹੁੰਦਾ ਅਤੇ ਆਈਲੈਟਸ ਵੀ ਕਰ ਸਕਦਾ ਸੋ ਇੱਥੋਂ ਡਾਇਰੈਕਟ ਪੀ ਆਰ ਵੀ ਅਪਲਾਈ ਕਰ ਸਕਦਾ ਵਰਕ ਪਰਮਿਟ ਵੀ ਕਰ ਸਕਦਾ ਕਈ ਲੋਕ ਸਟੱਡੀ ਵਾਸਤੇ ਐਲੀਜੀਬਲ ਹੁੰਦੇ ਨੇ ਉਹ ਟੂਰਿਸਟ ਵੀਜ਼ੇ ਦਾ ਪੰਗਾ ਲੈ ਲੈਂਦੇ ਨੇ ਕਿਉਂਕਿ ਟੂਰਿਸਟ ਵੀਜ਼ੇ ਵਾਸਤੇ ਥੋੜੀ ਐਲੀਜੀਬਿਲਟੀ ਬਣਨੀ ਚਾਹੀਦੀ ਹੈ ਸੋ ਜਿਸ ਤਰ੍ਹਾਂ ਦੇ ਵੀਜ਼ਾ ਹੈਗੇ ਨੇ ਉਸ ਤਰੀਕੇ ਨਾਲ ਤੁਹਾਡੀ ਐਲੀਜੀਬਿਲਟੀ ਹੋਣੀ ਚਾਹੀਦੀ ਹੈਗੀ ਹੈ ਹੁਣ ਆਪਾਂ ਵਨ ਬਾਈ ਵਨ ਗੱਲ ਕਰਾਂਗੇ ਜੇਕਰ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਹਾਂ ਕਿਹੜੇ ਲੋਕ ਟੂਰਿਸਟ ਵੀਜ਼ੇ 'ਤੇ ਆ ਸਕਦੇ ਨੇ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈਗੀ ਹੈ ਜਿਨ੍ਹਾਂ ਕੋਲ ਫੰਡ ਦਿਖਾਉਣ ਨੂੰ ਥੋੜ੍ਹਾ ਬਹੁਤਾ ਪੈਸਾ ਹੈਗਾ ਅਤੇ ਇੰਡੀਆ ਦੇ ਵਿੱਚ ਤੁਸੀਂ ਵੈਲ ਸੈਟਲ ਹੈਗੇ ਹੋ ਕੈਨੇਡਾ ਟੂਰਿਸਟ ਵੀਜ਼ਾ ਕਿਸ ਪਰਸਨ ਨੂੰ ਦਿੰਦਾ ਹੈ ਜਿਹੜਾ ਇੰਡੀਆ 'ਚ ਵੈਲ ਸੈਟਲ ਹੈ ਜਿੱਥੋਂ ਇਹ ਲੱਗਦਾ ਹੋਵੇ ਕਿ ਇਹ ਬੰਦਾ ਆਏਗਾ ਘੁੰਮ ਕੇ ਵਾਪਸ ਚਲਾ ਜਾਏਗਾ ਇਸ ਤੋਂ ਜ਼ਿਆਦਾ ਇਹਨੇ ਇੱਥੇ ਸੈਟਲ ਨਹੀਂ ਹੋਣਾ ਸੋ ਜਿਹੜੇ ਬੰਦੇ ਇਸ ਤਰ੍ਹਾਂ ਦੀ ਪ੍ਰੋਫਾਈਲ ਰੱਖਦੇ ਨੇ ਉਹਨਾਂ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੀਦਾ ਔਰ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਤੁਸੀਂ ਇਕੱਲੇ ਵੀ ਅਪਲਾਈ ਕਰ ਸਕਦੇ ਹੋ ਅਤੇ ਤੁਸੀਂ ਫੈਮਿਲੀ ਸਮੇਤ ਵੀ ਅਪਲਾਈ ਕਰ ਸਕਦੇ ਹੋ ਅਤੇ ਵਿਜ਼ਟਰ ਵੀਜ਼ਾ 'ਤੇ ਆ ਕੇ ਤੁਸੀਂ ਸੈਟਲ ਵੀ ਹੋ ਸਕਦੇ ਹੈਗੇ ਹੋ ਜੇ ਤੁਸੀਂ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਆਉਂਦੇ ਹੋ ਇੱਥੇ ਤੁਹਾਨੂੰ ਕੋਈ ਜੌਬ ਆਫਰ ਕਰਦਾ ਕੋਈ ਇੰਪਲਾਇਰ ਤੁਹਾਨੂੰ ਕੋਈ LMI ਦੇ ਦਿੰਦਾ ਹੈਗਾ ਬਟ ਤੁਹਾਡੀ ਪ੍ਰੋਫਾਈਲ ਦੇ ਮੁਤਾਬਕ ਹੋਣੀ ਚਾਹੀਦੀ ਹੈ ਫਰਜ਼ ਕਰੋ ਤੁਸੀਂ ਇੰਡੀਆ ਤੋਂ ਕੁੱਕ ਹੈਗੇ ਹੋ ਜਾਂ ਤੁਸੀਂ ਪੇਂਟਰ ਹੈਗੇ ਹੋ ਜਾਂ ਤੁਸੀਂ IT 'ਚ ਕੰਮ ਕਰਦੇ ਹੈਗੇ ਹੋ ਸੋ ਜੋ ਤੁਹਾਡਾ ਪਾਸਟ ਐਕਸਪੀਰੀਅੰਸ ਹੈ ਉਸ ਮੁਤਾਬਕ ਜੇਕਰ ਤੁਹਾਨੂੰ ਕੋਈ LMI ਦਿੰਦਾ ਹੈ ਦੇਣ ਲਈ ਤਿਆਰ ਹੈ ਤਾਂ ਤੁਸੀਂ ਟੂਰਿਸਟ ਵੀਜ਼ੇ 'ਤੇ ਆ ਕੇ ਵੀ ਆਪਣਾ ਜਿਹੜਾ ਵਰਕ ਪਰਮਿਟ ਪਾ ਸਕਦੇ ਹੋ ਜਾਂ ਆਪਣੇ ਟੂਰਿਸਟ ਵੀਜ਼ਾ ਨੂੰ ਵਰਕ ਪਰਮਿਟ 'ਚ ਕਨਵਰਟ ਕਰ ਸਕਦੇ ਹੈਗੇ ਹੋ ਦੂਜਾ ਹੈਗਾ ਜੇਕਰ ਤੁਹਾਡੇ ਕੋਲ ਤੁਸੀਂ ਗ੍ਰੈਜੂਏਟ ਹੈਗੇ ਹੋ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ 5-5.5 ਬੈਂਡ ਤੁਸੀਂ ਲੈ ਸਕਦੇ ਹੋ ਜੇਕਰ ਜਰਨਲ ਦੇ ਵਿੱਚ ਤਾਂ ਤੁਸੀਂ ਵਰਕ ਪਰਮਿਟ 'ਤੇ ਵੀ ਆ ਸਕਦੇ ਹੋ ਵਰਕ ਪਰਮਿਟ ਵਾਸਤੇ ਸੇਮ ਕੰਡੀਸ਼ਨ ਹੈ ਤੁਸੀਂ ਗ੍ਰੈਜੂਏਟ ਹੋਵੋ ਤੁਹਾਡੇ ਕੋਲ 5.5 ਬੈਂਡ ਹੋਣ ਤੁਹਾਡਾ 3 ਸਾਲ ਦਾ ਐਕਸਪੀਰੀਅੰਸ ਹੋਵੇ ਤੁਹਾਡੀ ਉਮਰ 45 ਸਾਲ ਤੋਂ ਘੱਟ ਹੋਵੇ ਅਤੇ ਕੈਨੇਡਾ ਤੋਂ ਜਿਸ ਚੀਜ਼ ਦਾ ਤੁਹਾਨੂੰ ਐਕਸਪੀਰੀਅੰਸ ਹੈ ਉਸੇ ਹੀ ਫੀਲਡ ਦੇ ਵਿੱਚ ਤੁਹਾਨੂੰ ਕੋਈ ਜੌਬ ਆਫਰ ਕਰਨ ਵਾਲਾ ਹੋਵੇ ਤੁਸੀਂ ਇੰਡੀਆ ਬੈਠੇ ਹੀ ਆਪਦਾ ਵਰਕ ਪਰਮਿਟ ਪਾ ਸਕਦੇ ਹੋ ਔਰ ਸਕਸੈਸ ਰੇਟ ਬਹੁਤ ਹਾਈ ਹੈ 70% ਪਲੱਸ ਸਕਸੈਸ ਰੇਟ ਹੈਗਾ ਵਰਕ ਪਰਮਿਟ 'ਚ ਤੀਜਾ ਹੈਗਾ ਜਿਹੜੇ ਹਾਈਲੀ ਪ੍ਰੋਫੈਸ਼ਨਲ ਨੇ ਜੇ ਤੁਸੀਂ ਪੋਸਟ ਗ੍ਰੈਜੂਏਟ ਹੋ ਈਵਨ ਕਿ ਜੇ ਤੁਸੀਂ ਗ੍ਰੈਜੂਏਟ ਵੀ ਹੈਗੇ ਹੋ ਕਿਉਂਕਿ ਕੁਛ ਪ੍ਰੋਵਿੰਸ ਇਸ ਤਰ੍ਹਾਂ ਦੇ ਨੇ ਕੈਨੇਡਾ ਦੇ ਵਿੱਚ ਜਿਹੜੇ ਤੁਹਾਨੂੰ ਇੰਡੀਆ ਤੋਂ ਹੀ PR ਆਫਰ ਕਰਦੇ ਹੈਗੇ ਨੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ 6 ਈਚ ਬੈਂਡ ਨੇ ਜੇ ਤੁਹਾਡੇ 6 ਈਚ ਬੈਂਡ ਨੇ ਔਰ ਤੁਹਾਡੀ ਉਮਰ 45 ਸਾਲ ਤੋਂ ਘੱਟ ਹੈ ਤੁਸੀਂ ਇੰਡੀਆ ਤੋਂ ਡਾਇਰੈਕਟ PNP ਜਾਂ ਕਈ ਹੋਰ ਪ੍ਰੋਗਰਾਮ ਨੇ ਉਹਦੇ ਤਹਿਤ ਤੁਸੀਂ PR ਵੀ ਪਾ ਸਕਦੇ ਹੋ ਥੋੜ੍ਹਾ ਟਾਈਮ ਜ਼ਰੂਰ ਲੱਗ ਜਾਂਦਾ ਔਰ PR ਤੁਸੀਂ ਵਿਦ ਫੈਮਿਲੀ ਤੁਹਾਡੀ ਵਾਈਫ ਤੁਹਾਡੇ ਬੱਚਿਆਂ ਸਮੇਤ ਤੁਸੀਂ ਇੰਡੀਆ ਤੋਂ PR 'ਤੇ ਆ ਸਕਦੇ ਹੈਗੇ ਹੋ ਕੁਛ ਜਿਹੜੇ ਰਿਮੋਟ ਏਰੀਆਜ਼ ਨੇ ਕੁਛ ਇਸ ਤਰ੍ਹਾਂ ਦੇ ਪ੍ਰਮਿਸਿਸ ਵੀ ਹੈਗੇ ਨੇ ਜਿਹੜੇ ਤੁਹਾਨੂੰ 5-5.5 ਬੈਂਡ 'ਤੇ ਵੀ ਇੰਡੀਆ ਤੋਂ PR ਆਫਰ ਕਰਦੇ ਹੈਗੇ ਨੇ ਸੋ ਜ਼ਰੂਰਤ ਹੁੰਦੀ ਹੈ ਜਾਣਕਾਰੀ ਦੀ ਆਪਾਂ ਮਾਰ ਕਿੱਥੇ ਖਾਂਦੇ ਹਾਂ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਹੈਗਾ ਤੁਹਾਨੂੰ ਲੁੱਟਿਆ ਕਿੱਥੇ ਜਾਂਦਾ ਇੰਡੀਆ 'ਚ ਪੰਜਾਬ ਹਰਿਆਣਾ ਜਾਂ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਕੁਛ ਜਿਵੇਂ UP ਦੇ ਇਲਾਕੇ ਹੋ ਗਏ ਜਾਂ ਜਿਵੇਂ MP ਹੋ ਗਿਆ ਹਰਿਆਣਾ ਪੰਜਾਬ ਜੰਮੂ ਹਿਮਾਚਲ ਈਵਨ ਕਿ ਗੁਜਰਾਤ ਦਾ ਕੁਛ ਏਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ 25-25-30-30 ਲੱਖ ਰੁਪਇਆ ਲੋਕ ਟੂਰਿਸਟ ਵੀਜ਼ਾ ਦਾ ਹੀ ਖਰਚ ਕਰ ਦਿੰਦੇ ਨੇ ਅਤੇ ਟੂਰਿਸਟ ਵੀਜ਼ੇ ਤੋਂ ਆ ਕੇ ਕਰੋਗੇ ਕੀ ਫਿਰ ਤੁਹਾਨੂੰ LMI ਲੈਣੀ ਪਊਗੀ ਇੱਥੇ ਫਿਰ ਖਰਚਾ ਕਰਨਾ ਪਊਗਾ ਸੋ ਇਸ ਕਰਕੇ ਅਵੇਅਰ ਕਰਨ ਦੀ ਲੋੜ ਹੈ ਔਰ ਮੈਂ ਹਮੇਸ਼ਾ ਤੁਹਾਨੂੰ ਅਵੇਅਰ ਕਰਦਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਕਿਸ ਕੈਟਾਗਰੀ ਦੀ ਵੀਜ਼ਾ ਅਪਲਾਈ ਕਰਨਾ ਹੈਗਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਹੋਰ ਵਧੇਰੇ ਜਾਣਕਾਰੀ ਜੇਕਰ ਤੁਹਾਨੂੰ ਚਾਹੀਦੀ ਹੈਗੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਰਿਵਾਰ ਸਮੇਤ ਸੈਟਲ ਹੋਣਾ ਚਾਹੁੰਦੇ ਹੋ ਕੈਨੇਡਾ ਜਾਂ ਘੁੰਮਣ ਫਿਰਨ ਲਈ ਆਉਣਾ ਚਾਹੁੰਦੇ ਹੋ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਟੂਰਿਸਟ ਵੀਜ਼ਾ 'ਤੇ ਅਸੀਂ ਬਹੁਤ ਵਾਜਬ ਜਿਹੇ ਪੈਸੇ ਲੈਂਦੇ ਹੈਗੇ ਹਾਂ ਸਿਰਫ 25,000 ਦੇ ਵਿੱਚ ਅਸੀਂ ਤੁਹਾਡਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਦਿੰਦੇ ਹੈਗੇ ਹਾਂ ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ